ਬੂਟਾ ਚੜਨਾ, ਜਿਹੜੀ ਵੀਡੀਓ ਚੜਨਾ ਉਹਦੇ ਥੱਲੇ ਲਿਖਿਆ ਆਉਂਦਾ ਬੂਟਾ ਗਾਲਾਂ ਕੱਢਦਾ, ਬੂਲਾ ਬੂਟਾ ਗਾਲਾਂ ਕੱਢਦਾ, ਪਤਾ ਨੀ ਬੂਟਾ ਕੀ ਕਰਦਾ, ਬੂਟੇ ਦੀ ਜਾਨ ਵੀ ਛੱਡ ਦਿਓ, ਮੇਰੇ ਚਾਚੇ ਦੇ ਨਾਲ ਬੂਟਾ ਮੈਨੂੰ ਮਾਰਦਾ। ਚੁੱਪ, ਮੇਰੀ ਗੱਲ ਸੁਣੋ, ਲੋਕਾਂ ਦੀ ਵੀਡੀਓ ਥੱਲੇ ਕਿਊਸ ਨਾਈਸ ਕਮੈਂਟ ਲਾਈਕ, ਮੇਰੀ ਥੱਲੇ ਮੇਰੀ ਵੀਡੀਓ ਥੱਲੇ ਬੂਟਾ ਗਾਲਾਂ ਕੱਢਦਾ, ਤੇ ਯਾਰ ਕੋ ਖੁਦਾ ਦਾ ਪੈਰ ਡਰੋ, ਮੇਰੀ ਵੀਡੀਓ ਥੱਲੇ ਵੀ ਕੋਈ ਲਿਖਿਆ ਕਰੋ, ਕੋਈ ਕਮੈਂਟ, ਕੋਈ ਕੁਝ, ਕੋਈ ਕੁਝ। ਸਾਰੀ ਦੁਨੀਆ ਦੀ ਏ, ਤੂੰ ਐਕਟਰ ਵੱਡਾ ਏ, ਤੇ ਮੇਰੇ ਨਾਲ ਵੱਡੀ ਇਹੋ ਜਿਹੇ ਵਫਾ ਵਾਲੀ ਰਾਣੀ ਕੁੜੀ ਯਾਰ, ਉਹ ਤੇ ਇੰਨੀ ਪਾਉਂਦੀ ਏ, ਐਂਡ ਕਰ ਦਿੰਦੀ ਐਕਟਰ ਬਣ ਬਣ ਕੇ, ਉਹਨੇ ਮੈਨੂੰ ਹਾ ਛੜਿਆ ਆਪਣਾ, ਮੈਂ ਬਸ ਕਰੋ ਹੁਣ ਬੰਦ ਕਰ। ਸਾਰੀ ਦੁਨੀਆ ਗੁੱਜਰ ਦੀ ਫੈਨ ਤੇ ਗੁੱਜਰ ਸੈਯਦ ਆਕਬ ਦਾ, ਇਸ ਲਈ ਕਿ ਪੀਨੋ ਪੈਂਚਰਾਂ ਨੇ ਉਹਨੇ ਮੇਰਾ ਚੱਕਰ ਚੰਦ ਕਿਸੇ ਨੂੰ ਦੱਸਿਆ ਜੇ ਨਾ, ਮਿਹਰਬਾਨੀ ਤੁਹਾਡੀ। ਜਿਹੜੇ ਲੋਕੀ ਰਾਤੋਂ ਰਾਤ ਸਟਾਰ ਬਣਨਾ ਚਾਹੁੰਦੇ ਨੇ, ਉਹ ਮੇਰੇ ਨਾਲ ਇੱਕ ਡਿਊਟ ਮਾਰੋ ਤੇ ਰਾਤੋਂ ਰਾਤ ਸਟਾਰ ਬਣ ਜਾਣਗੇ, ਤੇ ਪਰ ਸੀਰੀਅਸ ਨਾ ਮੇਰੀ ਗੱਲ ਨੂੰ ਸਮਝਿਆ ਜੇ, ਤੁਸੀਂ ਭਾਵੇਂ ਸਟਾਰ ਨੂੰ ਵੀ ਥੱਲੇ ਲਾ ਜਿਓ। ਵੇਖੋ ਕਿੰਨੀ ਧੋਂਦੇ, ਤੇ ਗੁੱਜਰ ਅੱਗੇ ਵੀ ਬਿਮਾਰ ਏ, ਗਰਮੀਆਂ 'ਚ ਵੀ ਮਹੀਨੇ ਬਾਅਦ ਨਹਾਉਂਦਾ ਸੀ, ਤਾਂ ਹੁਣ ਤਾਂ ਲੱਗਦਾ 6 ਮਹੀਨੇ ਬਾਅਦ ਨਹਾਉਣਾ ਪੈਣਾ, ਤਾਂ ਮੇਰਾ ਰੰਗ ਕਿਵੇਂ ਦਾ ਹੋ ਜਾਏਗਾ, ਇੰਜ ਦਾ ਹੋ ਜਾਏਗਾ, ਫਿਰ ਕੀ ਕਰਾਂ ਹੁਣ, ਮੈਨੂੰ ਦੱਸੋ ਨਾ ਮੈਂ ਕੀ ਕਰਾਂ। ਸਰਦੀ ਦੁਆ ਕਰੋ ਕਿ ਸਰਦੀ ਘਟੇ ਤੇ ਮੈਂ ਨਹਾ ਲਾਂ ਕਿਸੇ ਲਈ। ਇਹ ਉਹ ਨਹਿਰ ਹੈ ਜਿਹੜੀ ਹਰ ਸਾਲ ਇੱਕ ਬੰਦਾ ਲੈਂਦੀ ਹੈ, ਅਤੇ ਅੱਜ ਮੈਂ ਇਹਦੇ ਛਾਲ ਲਗਾ ਮਾਰਨ, ਭਲਾ ਮੈਨੂੰ ਲੈਂਦੀ ਹੈ ਕਿ ਨਹੀਂ, ਮੇਰੇ ਘਰ ਦਿਆਂ ਤੇ ਮੈਨੂੰ ਨਹੀਂ ਲਿਆ। ਮੇਰੀ ਸ਼ਕਲ ਵਾਕਈ ਤਰੀਮ ਫਾਤਮਾ ਸੇ ਮਿਲਤੀ ਹੈ ਜਾਂ ਮੇਰਾ ਡਾਇਰੈਕਟਰ ਝੂਠ ਬੋਲਦਾ ਹੈ, ਆਪ ਹੀ ਬਤਾਏ ਕਿ ਮੇਰੀ ਸ਼ਕਲ ਵਾਕਈ ਮਿਲਤੀ ਹੈ, ਤਾਂ ਆਪ ਕਮੈਂਟ ਮੈਂ ਬਤਾਇਆ, ਤਾਂ ਬਾਜੀ ਆਪ ਹੀ ਤਰ੍ਹਾਂ ਕਮੈਂਟ ਮੈਂ ਆਏ। ਅਸਲਾਮ ਵਾਲੇਕਮ ਜੀ, ਇਹ ਭਾਈ ਮੈਨੂੰ ਆਏ ਨੇ ਡਿਸਕੇ ਤੋਂ ਮਿਲਣ, ਅਤੇ ਬਹੁਤ ਅੱਛੇ ਭਾਈ ਨੇ, ਅਤੇ ਇਹਨਾਂ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਹੈ, ਅਤੇ ਮੈਂ ਬਹੁਤ ਖੁਸ਼ ਹੋਇਆ ਇਹਨਾਂ 'ਤੇ, ਅਤੇ ਇਹਨਾਂ ਨੂੰ ਕਿਊਸ ਨਾਈਸ ਲਾਈਕ ਕਮੈਂਟ ਇਹਨਾਂ ਨੂੰ ਰੱਜ ਕਰੋ, ਬਗੈਰ ਸੋਚਣ ਤੋਂ ਕਰੋ, ਇਹ ਬਹੁਤ ਅੱਛੇ ਬੰਦੇ ਨੇ। ਗੰਨਾ ਨਹੀਂ ਖਾਧਾ, ਕੁਝ ਨਹੀਂ ਖਾਧਾ, ਜਿਹਨੇ ਜਿਹਨੇ ਗੰਨਾ ਖਾਣਾ ਸਾਰਾ ਕਮਾ ਦੀ ਅੱਲਾ ਦੀ ਕਸਮ ਆਪਣਾ ਹੈ, ਤੇ ਜਿਹਨੇ ਜਿਹਨੇ ਖਾਣਾ ਮੇਰੇ ਕੋਲ ਆ, ਤੇ ਉਹਨੂੰ ਮੈਂ ਗੰਨਿਆਂ ਨਾਲ ਝਾਂ ਕਰਾਂਗਾ। ਯਾਰ ਅਸੀਂ ਵੀਡੀਓ ਬਣਾਉਂਦੇ ਹਾਂ, ਬੈਠਾ ਕਰ ਕੀ ਹੋਣਾ, ਇਹ ਮੁੰਡੇ ਦੀ ਮਸ਼ੂਕ ਛੱਡ ਗਈ ਹੈ, ਤੇ ਲੱਗਾ ਨੂੰ ਖੁਦਕੁਸ਼ੀ ਕਰਨ, ਤੈਨੂੰ ਆਖਿਆ ਯਾਰ ਨਾ ਮਾਰੀ ਸਲਾਮ ਲੈਕਮ ਜੀ ਭਾਜੀ, ਇਹ ਬੰਦਾ ਮੈਨੂੰ ਸਲਾਮਾ ਤੋਂ ਮਿਲਣ ਆਇਆ, ਐਡੀ ਵੱਡੀ ਗੱਡੀ ਚੈੱਕ ਮੈਂ ਵੇਖ ਕੇ ਹਾਂ ਰਹਿ ਗਿਆ, ਜਦੋਂ ਆਇਆ ਨੇ ਨਾ, ਤੇ ਮੈਂ ਗੋਇਆ ਪਿਆ ਯਾਰ ਇਕੱਠਾ ਕਰਦਾ ਸਾਂ, ਮੈਨੂੰ ਬੜਾ ਹੀ ਮੈਂ ਭੈੜਾ ਪਿਆ ਇਹਨੂੰ ਵੇਖ ਕੇ, ਯਾਰ ਇੰਨੀ ਦੂਰੋਂ ਬੰਦਾ ਆਇਆ ਤੇ ਮੈਂ ਗੋਇਆ ਪਿਆ ਇਕੱਠਾ ਕਰਨਾ, ਯਾਰ ਦੱਸ ਕੇ ਆਇਆ ਕਰੋ ਵੀਰੋ ਭਰਾਓ, ਮੇਰੀ ਬਿਜ਼ਤੀ ਹੁੰਦੀ ਯਾਰ। ਮੈਨੂੰ ਛੋਟੇ ਭਰਾ ਜੇ ਮੁੰਡੇ ਇੰਨੀ ਖੁਸ਼ੀ ਨਹੀਂ ਸੀ ਹੋਈ ਜਿੰਨੇ ਤੁਹਾਡੀ ਫਾਤਮਾ ਬਾਜੀ ਤੁਹਾਡੇ 1 ਬਿਲੀਅਨ 'ਤੇ ਹੋਈ ਹੈ, ਤਾਂ ਜੀ ਮੈਨੂੰ ਪੱਕਾ ਯਕੀਨ ਹੈ ਕਿ ਅਸੀਂ ਪਿਛਲੇ ਜਨਮ ਵਿੱਚ ਟਵਿੰਸ ਰਹਿ ਚੁੱਕੇ ਹਾਂ। ਭਾਜੀ ਟਮਾਟਰ ਮਹਿੰਗਾ ਹੋ ਗਿਆ, ਹਰੀਆਂ ਮਿਰਚਾਂ ਮਹਿੰਗੀਆਂ ਹੋ ਗਈਆਂ ਨੇ, ਹਰ ਪਾਸੇ ਮਹਿੰਗਾਈ ਮਹਿੰਗਾਈ ਹੈ ਯਾਰ, ਕੀ ਕਰੀਏ, ਜਦੋਂ ਟੈਨਸ਼ਨ ਲੈ, ਮੁਲਕ ਦਾ ਕਰਜ਼ਾ ਤੇ ਲੈ ਚੱਲਣਾ।